ਹਾਂਜੀ ਪਿਆਰੇ ਵਿਦਿਆਰਥੀਓ ਅੱਜ ਤੁਹਾਨੂੰ ਨਿਊਟ੍ਰੀਸ਼ਨਲ ਵੀਕ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਨਿਊਟ੍ਰੀਸ਼ਨਲ ਵੀਕ ਕੀ ਹੁੰਦਾ ਹੈ ਤੇ ਕਿਉਂ ਮਨਾਇਆ ਜਾਂਦਾ ਹੈ ਠੀਕ ਹੈ ਨਿਊਟ੍ਰੀਸ਼ਨਲ ਵੀਕ ਦੇ ਵਿੱਚ ਤੁਹਾਨੂੰ ਸੰਤੁਲਿਤ ਭੋਜਨ ਬੈਲੈਂਸਡ ਡਾਈਟ ਹੈਲਥ ਕੀ ਖਾਣਾ ਚਾਹੀਦਾ ਐ ਇੰਨਾਂ ਚੀਜ਼ਾਂ ਬਾਰੇ ਦੱਸਾਂਗੇ ਤਾਂ ਮੈਂ ਫਾਈਂਡ ਆਊਟ ਕੀਤਾ ਕਿ ਛੇਮਿਕਲਸ ਦੀ ਬੁੱਕ ਚ ਭੋਜਨ ਤੇ ਭੋਜਨ ਦੇ ਤੱਤ ਲੈਸਨ ਹੈਗਾ ਅਗਰ ਅਸੀਂ ਇਸ ਲੈਸਨ ਨੂੰ ਅੱਛੀ ਤਰ੍ਹਾਂ ਜਾਣ ਲਈਏ ਤਾਂ ਸਾਨੂੰ ਨਿਊਟ੍ਰੀਸ਼ਨ ਵੀਕ ਦੇ ਬਾਰੇ ਪੂਰੀ ਜਾਣਕਾਰੀ ਹੋ ਜੇਗੀ ਤੇ ਅੱਜਕੱਲ ਕੋਵਿਡ 19 ਦੇ ਦੌਰਾਨ ਸਾਨੂੰ ਕਿੱਦਾਂ ਦਾ ਭੋਜਨ ਖਾਣਾ ਚਾਹੀਦਾ ਹੈਗਾ ਉਸ ਦੇ ਬਾਰੇ ਵੀ ਤੁਹਾਨੂੰ ਥੋੜੀ ਜਾਣਕਾਰੀ ਦਿੱਤੀ ਜਾਏਗੀ ਤਾਂ ਤੁਸੀਂ ਜਾਣਦੇ ਹੋ ਕਿ ਅਲੱਗ-ਅਲੱਗ ਤਰ੍ਹਾਂ ਦਾ ਸਭੋਜਨ ਕਰਦੇ ਹਨ ਠੀਕ ਹੈ ਕੋਈ ਇਡਲੀ ਸੰਬਰ ਪਸੰਦ ਕਰਦਾ ਹੈ ਦਾਲ ਰੋਟੀ ਸਰੋਂ ਦਾ ਸਾਗ ਵਗੈਰਾ ਤਾਂ ਇਹ ਸਾਡੇ ਭੋਜਨ ਦੇ ਮੁੱਖ ਤੱਤ ਹਨ ਰੋਟੀ ਕਿਸ ਦੀ ਬਣੀ ਹੁੰਦੀ ਹੈ ਆਟਾ ਪਾਣੀ ਦਾਲ ਦਾਲ ਦੇ ਚ ਦਾਲ ਹੁੰਦੀ ਹੈ ਪਾਣੀ ਨਮਕ ਕਿਉਂ ਮਸਾਲੇ ਵਗੈਰਾ ਹੁੰਦੇ ਹਨ ਠੀਕ ਹੈ ਆ ਡਿਫਰੈਂਟ ਅਸੀਂ ਭੋਜਨ ਚ ਕੀ ਖਾਂਦੇ ਹਾਂ ਫਲ ਫਰੂਟ ਫਰੂਟਸ ਦਾਲ ਖਿਚੜੀ ਤੈਗ ਗੋ ਮੀਟ ਠੀਕ ਹੈ ਤਾਂ ਇਡਲੀ ਲਈ ਇਡਲੀ ਬਣਾਉਣ ਲਈ ਕੱਚੀ ਸਮੱਗਰੀ ਕਿੱਥੋਂ ਆਏਗੀ ਚਾਵਲ ਦਾਲ ਨਮਕ ਪਾਣੀ ਇਹ ਸਾਰਾ ਕੀ ਇਹ ਪੌਦਿਆਂ ਤੋਂ ਪ੍ਰਾਪਤ ਹੁੰਦੇ ਹਨ ਅਗਰ ਅਸੀਂ ਮੁਰਗੇ ਦਾ ਮੀਟ ਖਾਣਿਆਂ ਦਾ ਮੁਰਗਾ ਮਸਾਲਾ ਤੇਲ ਪਾਣੀ ਜਾਨਵਰ ਤੇ ਮੁਰਗਾ ਕੀ ਇਹ ਜਾਨਵਰ ਹੈ ਗਿਆ ਬਾਕੀ ਮਸਾਲੇ ਵਗੈਰਾ ਪੌਦਿਆਂ ਤੋਂ ਮਿਲਦੇ ਆ ਸੇਮ ਆਸੀ ਅਗਰ ਖੀਰ ਬਣਾਉਂਦੇ ਆ ਤਾਂ ਖੀਰ ਚ ਦੁੱਧ ਚਾਵਲ ਚੀਨੀ ਦੁੱਧ ਤੇ ਚਾਵਲ ਚੀਨੀ ਇਹ ਦੁੱਧ ਜਾਨਵਰਾਂ ਤੋਂ ਪ੍ਰਾਪਤ ਹੁੰਦਾ ਚਾਵਲ ਤੇ ਚੀਨੀ ਸਾਨੂੰ ਕਿਹਾ ਇਹ ਪੌਦਿਆਂ ਤੋਂ ਪ੍ਰਾਪਤ ਹੁੰਦੇ ਹਨ ਕਈ ਪੌਦਿਆਂ ਦੇ ਅਸੀਂ ਫਲ ਵਾਲਾ ਭਾਗ ਖਾਂਦੇ ਹਾਂ ਜਿਵੇਂ ਗੋਭੀ ਖਾਂਦੇ ਹਾਂ ਫੁੱਲ ਗੋਭੀ ਉਹ ਕੀ ਇੱਕ ਫੁੱਲ ਹੁੰਦਾ ਠੀਕ ਹੈ ਸਾਗ ਜ਼ਰੋਂ ਦਾ ਅਸੀਂ ਖਾਂਦੇ ਆ ਤਾਂ ਪੱਤੇ ਪੱਤਿਆਂ ਵਾਲਾ ਭਾਗ ਹੁੰਦਾ ਹੈ ਗਾਜਰ ਮੂਲੀ ਛਲਗਮ ਖਾਂਦੇ ਆ ਤਾਂ ਉਹ ਜੜ੍ਹਾਂ ਹੁੰਦੀਆਂ ਹਨ ਤਾਂ ਇਦਾਂ ਤੁਸੀਂ ਅਲੱਗ-ਅਲੱਗ ਜਾਣ ਸਕਦੇ ਹੋ ਜਿਵੇਂ ਅਸੀਂ ਟਮਾਟਰ ਬੈਂਗਨ ਦਾ ਪਰਥਾ ਬਣਾਇਆ ਤਾਂ ਉਸ ਚ ਬੈਂਗਨ ਮਸਾਲੇ ਤੇਲ ਸੋਬੀਨ ਵਗੈਰਾ ਤਾਂ ਬੈਂਗਨ ਕੀ ਹੋ ਗਿਆ ਇੱਕ ਫਲ ਹਰੀ ਮਿਰਚ ਕੀ ਹੋ ਗਈ ਫਲ ਤੇਲ ਮਸਾਲੇ ਜੋ ਪਾਇਓ ਬੀਜਤੋਂ ਪ੍ਰਾਪਤ ਹੁੰਦੇ ਹਨ ਠੀਕ ਆ ਕਈ ਤਰ੍ਹਾਂ ਦੇ ਸਪਰਾਉਟਸ ਦਿਖਾਏ ਆ ਸੀ ਸਪਰਾਉਟਸ ਵੀ ਖਾ ਸਕਦੇ ਆ ਚਾਹਨੀਆ ਵਗੈਰਾ ਇਹ ਵੀ ਬੈਲੈਂਸਡ ਟਾਈਟ ਚਾਉਂਦੇ ਆ ਕਿਉਂਕਿ ਇਹ ਅੱਛੇ ਸਰੋਤ ਹਨ એનર્ਜੀ ਦੇ ਇਸ ਤੋਂ ਬਿਨਾ ਸ਼ਾਇਦ ਠੀਕ ਹੈ ਸ਼ਾਇਦ એનર્ਜੀ ਪ੍ਰੋਵਾਈਡ ਕਰੇਗਾ ਔਰ ਇਸ ਤੋਂ ਮਧੂਮੱਖੀਆਂ ਤੋਂ ਪ੍ਰਾਪਤ ਹੁੰਦਾ ਹੈ ਸਪਰਾਉਟਸ ਤੁਸੀਂ ਖਾ ਸਕਦੇ ਹੋ ਗਿਉਂ ਭੋਜਨ ਦੇ ਵਿੱਚ ਜਾਨਵਰ ਵੀ ਇਸੇ ਤਰ੍ਹਾਂ ਠੀਕ ਹੈ ਭੋਜਨ ਪ੍ਰਾਪਤ ਕਰਦੇ ਹਨ ਜਿਹੜੇ ਜਾਨਵਰ ਪੌਦਿਆਂ ਨੂੰ ਖਾਂਦੇ ਹਨ ਜਾਂ ਪੌਦਿਆਂ ਦੇ ਭਾਗਾਂ ਨੂੰ ਉਹਨਾਂ ਨੂੰ ਸ਼ਾਕਾਹਾਰੀ ਤੇ ਜਿਹੜੇ ਮਾਸ ਖਾਂਦੇ ਹਨ ਉਹਨਾਂ ਨੂੰ ਮਾਸਾਹਾਰੀ ਸਰਬਹਾਰੀ ਜਿਹੜੇ ਦੋਨੋਂ ਸਭ ਤਰ੍ਹਾਂ ਦਾ ਭੋਜਨ ਖਾਂਦੇ ਹਨ ਉਹਨਾਂ ਨੂੰ ਅਸੀਂ ਸਰਬਾਹਾਰੀ ਕਹਿੰਦੇ ਹਾਂ ਤਾਂ ਤੁਸੀਂ ਇਸ ਟੇਬਲ ਦੇ ਰਾਹੀਂ ਜਾਣ ਸਕਦੇ ਹੋ ਕਿ ਕਿਹੜਾ ਜਾਨਵਰ ਕੀ ਖਾਂਦਾ ਹੈਗਾ ਤਾਂ ਇਹ ਸੀਗਾ ਤੁਹਾਡਾ ਭੋਜਨ ਦੇ ਬਾਰੇ ਸੈਕਿੰਡ ਲੈਸਨ ਹੈਗਾ ਭੋਜਨ ਦੇ ਤੱਤ ਬੇਨਲੀ ਨਿਊਟ੍ਰੀਸ਼ਨ ਦੇ ਨਾਲ ਤੁਸੀਂ ਇਦਾਂ ਇੱਕ ਚਾਰਟਸ ਬਣਾ ਸਕਦੇ ਹੋ ਜਿਹਦੇ ਵਿੱਚ ਤੁਸੀਂ ਆਪਣੀਆਂ ਪਿਕਚਰਸ ਲਗਾਉਂਗੇ ਕਿ ਸਾਡੇ ਆਲੇ ਦੁਆਲੇ ਸਭ ਨੂੰ ਰਜਮਾ ਭੋਜਨ ਮਿਲਦਾ ਹੈ ਤਾਂ ਇਸ ਪਲੇਟ 'ਚ ਤੁਹਾਨੂੰ ਕੀ ਦਿਖਾਇਆ ਗਿਆ ਇੱਕ ਚਪਾਤੀ ਸਬਜੀ ਤੇ ਦਾਲ ਦਿਖਾਈ ਗਈ ਹੈ ਚਪਾਤੀ ਜੋ ਹੈ ਉਹ ਕਣਕ ਤੋਂ ਬਣੀ ਹੈ ਠੀਕ ਹੈ ਕਣਕ ਕੀ ਹੁੰਦੀ ਹੈ ਕਾਰਬੋਹਾਈਡਰੇਟ ਦਾਲ ਪ੍ਰੋਟੀਨਸ ਹੁੰਦੇ ਆ ਦਾਲ ਦੇ ਵਿੱਚ ਸਬਜ਼ੀਆਂ ਦੇ ਵਿੱਚ ਮਿਨਰਲ ਨਿਊਟ੍ਰੀਐਂਟਸ ਵਿਟਾਮਿਨਸ ਹੁੰਦੇ ਆ ਨੇ ਇਹ ਸਾਰੇ ਸਾਡੇ ਲਈ ਜ਼ਰੂਰੀ ਹਨ ਜਿਵੇਂ ਸਾਡੇ ਪੰਜਾਬ ਦਾ ਮੁੱਖ ਭੋਜਨ ਮੱਕੀ ਸਰੋਂ ਦੀ ਰੋਟੀ ਤੇ ਮੱਕੀ ਦਾ ਸਾਗ ਠੀਕ ਹੈ ਹੈਗਾ ਇਸੇ ਤਰ੍ਹਾਂ ਅੰਧਰਾ ਪ੍ਰਦੇਸ਼ ਚ ਚਾਵਲ ਅਰਹੜ ਦੀ ਦਾਲ ਰਸਮ ਕੁੰਦ루 ਤੇ ਲੱਸੀ ਅਚਾਰ ਕਿਉ ਖਾਧਾ ਜਾਂਦਾ ਹੈ ਤਾਂ ਸੀ ਇਹਨਾਂ ਨੂੰ ਵਰਗੀਕ੍ਰਿਤ ਕੀਤਾ ਹੈਗਾ ਭੋਜਨ ਦੇ ਤਤ ਭੋਜਨ ਦੇ ਤੱਤ ਕਿਹੜੇ-ਕਿਹੜੇ ਹਨ ਕਾਰਬੋਹਾਈਡਰੇਟ ਪ੍ਰੋਟੀਨ ਚਰਬੀ ਵਿਟਾਮਿਨਸ ਮਿਨਰਲ ਨਿਊਟ੍ਰੀਐਂਟਸ ਇਹ ਸਾਰੇ ਕੀ ਹੈ ਨਿਊਟ੍ਰੀਸ਼ਨਲ ਰਾਈਟ ਲਈ ਉਪਜੋਗੀ ਹਨ ਕਾਰਬੋਹਾਈਡਰੇਟਸ ਦੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਾਰਬੋਹਾਈਡਰੇਟਸ ਚ ਕੀ ਹੁੰਦਾ ਸਟਾਰਚ ਹੁੰਦੀ ਹੈ ਗਲੂਕੋਜ਼ ਹੁੰਦਾ ਤੇ ਉਸ ਨੂੰ ਅਸੀਂ ਕਾਰਬੋਹਾਈਡਰੇਟ ਕਹਿੰਦੇ ਹਾਂ ਕਾਰਬੋਹਾਈਡਰੇਟ ਜਿਵੇਂ ਕੱਚਾ ਆਲੂ ਇਹ ਤੁਸੀਂ ਇੱਕ ਟੇਬਲ ਦਿੱਤਾ ਹੈਗਾ ਇਹਦੇ ਵਿੱਚ ਭਰਨਾ ਹੈ ਇਹ ਕੱਚੇ ਆਲੂ ਚ ਕੀ ਹੋਏਗਾ ਸਟਾਰਚ ਹੋਏਗੀ ਇੱਕ ਕਾਰਬੋਹਾਈਡਰੇਟ ਦੁੱਧ ਦੇ ਵਿੱਚ ਸਟਾਰਚ ਪ੍ਰੋਟੀਨ ਚਰਬੀ ਸਾਰਾ ਕੁਝ ਹੁੰਦਾ ਹੈ ਮੂੰਫਲੀ ਦੇ ਵਿੱਚ ਪ੍ਰੋਟੀਨਸ ਤੇ ਚਰਬੀ ਹੋਏਗੀ ਠੀਕ ਹੈ ਸੁੱਕੇ ਚਾਵਲਾਂ ਦੇ ਵਿੱਚ ਕਾਰਬੋਹਾਈਡਰੇਟ ਹੋਏਗਾ ਪੱਕੇ ਹੋਏ ਚਾਵਲ ਵੀ ਕਾਰਬੋਹਾਈਡਰੇਟ ਹੋਣਗੇ ਨਾਰੀਅਲ ਦੇ ਵਿੱਚ ਪ੍ਰੋਟੀਨ ਚਰਬੀ ਕਾਰਬੋਹਾਈਡਰੇਟ ਦਾਲ ਦੇ ਵਿੱਚ ਪ੍ਰੋਟੀਨਸ ਹੋਣਗੇ ਜਾਂ ਦਾਲਾਂ ਚ ਕੱਚੀ ਦਾਲ ਪੱਕੀ ਦਾਲ ਸਬਜ਼ੀਆਂ ਦੇ ਵਿੱਚ ਵਿਟਾਮਿਨ ਮਿਨਰਲਸ ਹੋਣਗੇ ਉਬਲੇ ਆਂਡੇ ਦੇ ਵਿੱਚ ਦੇ ਸਫੇਦ ਭਾਗ ਦੇ ਵਿੱਚ ਪ੍ਰੋਟੀਨਸ ਹੋਣਗੇ ਇਦਾਂ ਸਾਡੇ ਦਿਖਾਏ ਹੋਏ ਆ ਸਭ ਤੋਂ ਪਹਿਲਾਂ ਕਾਰਬੋਹਾਈਡਰੇਟ ਦੇ ਸਰੋਤ ਜਿੰਨੇ ਵੀ ਨਿਸ਼ਾਸਤਾ ਵੱਲੇ ਸਟਾਰਚ ਵੱਲੇ ਹੁੰਦੇ ਆ ਜਿਵੇਂ ਆਲੂ ਗੰਨਾ ਪਪੀਤਾ ਸ਼ੱਕਰਗੰਦੀ ਇਹਨਾਂ ਸਾਰਿਆਂ ਚੋਂ ਤੁਸੀਂ ਚਾਵਲ ਠੀਕ ਹੈ ਤਰਬੂਜ ਅੰਬ ਮੱਕੀ ਇਹਨਾਂ ਚ ਵੀ ਗਲੂਕੋਜ਼ ਹੁੰਦੀ ਆ ਤਾਂ ਕਰਕੇ ਇਹਨਾਂ ਨੂੰ ਵੀ ਕਾਰਬੋਹਾਈਡਰੇਟ ਕੈਟਾਗਰੀ ਚ ਰੱਖਿਆ ਹੈਗਾ ਜਿਨ੍ਹਾਂ ਦੇ ਵਿੱਚ ਸਟਾਰਚ ਹੋਵੇ ਕਾਰਬੋਹਾਈਡਰੇਟ ਕਾਰਬੋਹਾਈਡਰੇਟ ਦਾ ਕੰਮ ਕੀ ਹੈ ਤੁਹਾਨੂੰ એનર્ਜੀ ਪ੍ਰੋਵਾਈਡ ਕਰਨਾ ਸਰੀਰ ਨੂੰ ਉर्जा ਪ੍ਰੋਵਾਈਡ ਕਰਨਾ ਕਿਉਂਕਿ ਇਹ ਕੀ ਟੁੱਟਣਗੇ ਗਲੂਕੋਜ਼ ਚ ਠੀਕ ਹੈ ਤਾਂ ਉਹ ਸਾਨੂੰ ਬਾਡੀ ਔਰ ਇਹ ਵਾਲੇ ਹੈਗੇ ਸਾਡੇ ਦਿਖਾਏ ਸਰੋਤ ਚਰਬੀ ਦੇ ਸਰੋਤ ਚਰਬੀ ਜੋ ਇਹ ਪੌਦਾ ਸਰੋਤ ਮੂੰਫਲੀ ਦਾ ਤੇਲ ਸਰੋਂ ਦਾ ਤੇਲ ਬਦਾਮਾਂ ਦੀਆਂ ਕੀਰੀਆਂ ਦਾ ਤੇਲ ਸੋਆਬੀਨ ਦਾ ਤੇਲ ਇਹ ਪੌਦਿਆਂ ਤੋਂ ਪ੍ਰਾਪਤ ਕਈ ਤਰ੍ਹਾਂ ਦੇ ਚਰਬੀ ਵੱਲੇ ਪਦਾਰਥ ਹਨ ਤੇ ਕਈ ਚਰਬੀ ਜੰਤੂਆਂ ਤੋਂ ਮਿਲਦੀ ਹੈ ਜਿਵੇਂ ਕਿ ਉਹ ਦੁੱਧ ਤੋਂ ਦਹੀਂ ਬਣਾ ਕੇ ਅੱਗੇ ਫਿਰ ਮੱਖਣ ਬਣਾਇਆ ਜਾਂਦਾ ਹੈ दोस्तों ਕਿਉਂ ਬਣਾਇਆ ਜਾਂਦਾ ਹੈ ਹੈਗਾ کریم ਅੰਡੇ ਮੱਛੀ ਮਾਸ ਇਹ ਸਾਰੇ ਕੀ ਹੈ ਜੰਤੂ ਸਰੋਤ ਹਨ ਜਿਨ੍ਹਾਂ ਤੋਂ ਸਾਨੂੰ ਚਰਬੀ ਪ੍ਰਾਪਤ ਹੁੰਦੀ ਹੈ ਚਰਬੀ ਅੱਗੇ ਕਿਸ ਚ ਟੁੱਟੇਗੀ ਫੈਟੀ ਐਸਿਡ ਤੇ 글ੀਸਰੋਲ ਚ ਤਾਂ ਕਾਰਬੋਹਾਈਡਰੇਟ ਇਹ ਜੋ ਹੈਗੇ ਆ ਸਾਡੇ ਚਰਬੀ ਦੇ ਜੰਤੂਆਂ ਤੋਂ ਪ੍ਰਾਪਤ ਹੋਣ ਵਾਲੇ ਸਰੋਤ ਹਨ ਚਰਬੀ ਸਾਨੂੰ ਊਰਜਾ ਪ੍ਰੋਵਾਈਡ ਕਰਦੀ ਹੈ ਕੀ ਹੈ ਉਸ ਤੋਂ ਬਾਅਦ ਆ ਹਾ ਦਿਖਾਏ ਹੈ ਗਿਆ ਆ ਦਾਲਾਂ ਦਾਲਾਂ ਸੋਆ ਬੀਨ ਰਾਜਮਾ ਮੂੰਗ ਦਾਲ ਚਨੇ ਮਟਰ ਇਹਨਾਂ ਤੋਂ ਸਾਨੂੰ ਪ੍ਰੋਟੀਨਸ ਪ੍ਰਾਪਤ ਹੁੰਦੇ ਆ ਪ੍ਰੋਟੀਨਸ ਦੇ ਕਰਕੇ ਸਾਡਾ ਵਾਧਾ ਵਿਕਾਸ ਹੁੰਦਾ ਅਗਰ ਪ੍ਰੋਟੀਨਸ ਨਹੀਂ ਖਾਵਾਂਗੇ ਤਾਂ ਸਾਡੀ ਗ੍ਰੋਥ ਨਹੀਂ ਹੋਏਗੀ ਇਹਦੇ ਨਾਲ ਕੁਐਸ਼ੀਕੋਰਟ ਤੇ ਮਰੇਸਨਸ ਜਿਸ ਚ ਸੋਕੜਾ ਨਾਮ ਦੀਆਂ ਬਿਮਾਰੀਆਂ ਹੋ ਜਾਂਦੀਆਂ ਕਿ ਬੱਚੇ ਬਿਲਕੁਲ ਕਮਜ਼ੋਰ ਹੋ ਜਾਂਦੇ ਆ ਉਹਨਾਂ ਦੀਆਂ ਲੱਤਾਂ ਵਗੈਰਾ ਉਸ ਤੋਂ ਬਾਅਦ ਵਿਟਾਮਿਨਸ ਹੈਗੇ ਆ ਕਈ ਤਰ੍ਹਾਂ ਦੇ ਵਿਟਾਮਿਨਸ ਤੇ ਮਿਨਰਲਸ ਵਿਟਾਮਿਨ ਏ ਜੋ ਹੈ ਸਾਨੂੰ ਮੱਛੀ ਦੇ ਤੇਲ ਗਾਜਰ ਪਪਾਇਆ ਅੰਬ ਘਿਓ ਤੋਂ ਮਿਲਦਾ ਹੈਗਾ ਇਹ ਸਾਡੇ ਅੱਖਾਂ ਦੇ ਲਈ ਬਹੁਤ ਜ਼ਰੂਰੀ ਹੈਗਾ ਤਾਂ ਅੱਖਾਂ ਦੀ ਰੋਸ਼ਨੀ ਵਧਾਉਣ ਚ ਹੈਲਪ ਕਰਦਾ ਅਗਰ ਨਹੀਂ ਵਿਟਾਮਿਨ ਏ ਖਾਵਾਂਗੇ ਤਾਂ ਉਹਦੇ ਨਾਲ ਸਾਨੂੰ ਅੰਧਰਾਤਾ ਰੋਗ ਹੋ ਜਾਂਦਾ ਹੈ ਵਿਟਾਮਿਨ ਬੀ ਜੋ ਹੈ ਚਾਵਲ ਕਣਕ ਮੀਟ ਵਗੈਰਾ ਤੋਂ ਮਿਲਦਾ ਹੈਗਾ ਲੀਵਰ ਦਿਖਾਇਆ ਹੋਇਆ ਹੈਗਾ ਜਿਗਰ ਇਹ ਨਹੀਂ ਖਾਵਾਂਗੇ ਤਾਂ ਇਹਦੀ ਕਮੀ ਦੇ ਕਾਰਨ 베ਰੀ 베ਰੀ ਰੋਗ ਹੋ ਜਾਂਦਾ ਜਿਹਦੇ ਵਿੱਚ ਸਾਡੀ ਸਕਿਨ ਡਰਾਈ ਹੋ ਜੂਗੀ ਔਰ ਇਹਨੂੰ ਡਰਮੇਟਾਈਟਸ ਵੀ ਕੰਨੇ ਹੈ ਗਿਆ ਸਕੇਲੀ ਸਕਿਨਸ ਹੋ ਜਾਏਗੀ ਵਿਟਾਮਿਨ ਸੀ ਸਾਨੂੰ ਖੱਟੇ ਪਦਾਰਥ ਖੱਟੇ ਫਰੂਟਸ ਤੋਂ ਜਿਵੇਂ ਅਮਰੂਦ ਮਿਰਚ ਨਿੰਬੂ ਆਮਲਾ ਟਮਾਟਰ ਸੰਤਰਾ ਜਿੰਨੇ ਵੀ ਸਟਰਸ ਫੈਮਿਲੀ ਦੇ ਆ ਉਹਨਾਂ ਤੋਂ ਵਿਟਾਮਿਨ ਸੀ ਦੀ ਕਮੀ ਦੇ ਕਰਕੇ ਸਕਰਵੀ ਰੋਗ ਹੋ ਜਾਂਦਾ ਹੈ ਅਗਰ ਵਿਟਾਮਿਨ ਸੀ ਨਹੀਂ ਖਾਵਾਂਗੇ ਤਾਂ ਮਸੂੜੇ ਫੁੱਲ ਜਾਂਦੇ ਹਨ ਉਹਨਾਂ ਚੋਂ ਗਮਸ ਚੋ ਬਲੀਡਿੰਗ ਹੋਣੀ ਸ਼ੁਰੂ ਹੋ ਜਾਂਦੀ ਹੈਗੀ ਹੈ ਪ੍ਰੋਟੀਨ ਦੇ ਹੋਰ ਸਰੋਤ ਕਿਹੜੇ ਹਨ ਇਹ ਵੱਲੇ ਸੀਗੇ ਜੰਤੂ ਸਰੋਤ ਪੌਦਿਆਂ ਤੋਂ ਰਾਜਮਾ ਦਾਲ ਪ੍ਰੋਟੀਨ ਚਨੇ ਮਟਰ ਔਰ ਜੰਤੂਆਂ ਤੋਂ ਮੀਟ ਮੱਛੀ ਦੁੱਧ ਪਨੀਰ ਅੰਡੇ ਤੋਂ ਵੀ ਸਾਨੂੰ ਇਹ ਜੰਤੂ ਸਰੋਤ ਹਨ ਪ੍ਰੋਟੀਨ ਸੇ ਪ੍ਰੋਟੀਨ ਦਾ ਕੀ ਕੰਮ ਹੈਗਾ ਵਾਧਾ ਤੇ ਵਿਕਾਸ ਕਰਾਣਾ ਕੋ ਵਿਟਾਮਿਨਸ ਤੇ ਮਿਨਰਲਸ ਹੋਗੇ ਵਿਟਾਮਿਨ ਡੀ ਸਾਨੂੰ ਧੁੱਪ ਤੋਂ ਮਿਲਦਾ ਹੈ ਇਸ ਤੋਂ ਬਿਨਾ ਦੁੱਧ ਮੱਖਣ ਮੱਛੀ ਅੰਡੇ ਮੀਟ ਵਗੈਰਾ ਤੋਂ ਵੀ ਮਿਲਦਾ ਹੈ ਵਿਟਾਮਿਨ ਡੀ ਦੀ ਹੈਲਪ ਨਾਲ ਕੀ ਹੁੰਦਾ ਸਾਡੀਆਂ ਹੱਡੀਆਂ ਕਮਜ਼ੋਰ ਹੁੰਦੀਆਂ ਤੇ ਕੈਲਸ਼ੀਅਮ ਦੀ ਐਬਜ਼ોર્ਪਸ਼ਨ ਹੁੰਦੀ ਹੈ ਹੱਡੀਆਂ ਦੇ ਵਿੱਚ ਤੇ ਇਸ ਤੋਂ ਬਿਨਾ ਅਸੀਂ ਜਿਵੇਂ ਆ ਖਾ ਰਹੇ ਹਾਂ ਠੀਕ ਹੈ ਮੱਛੀ ਮੱਛੀ ਪੱਤੇਦਾਰ ਸਬਜ਼ੀਆਂ ਅਦਰਕ ਵਗੈਰਾ ਇੰਨਾ ਤੋਂ ਸਾਨੂੰ ਆਇਓਡੀਨ ਪ੍ਰਾਪਤ ਹੁੰਦਿਆ ਆਇਓਡੀਨ ਜੋ ਹੈ ਸਾਡੀ ਥਾਇਰੋਇਡ ਗਲੈਂਡ ਤੋਂ ਥਾਇਰੋਕਸਿਨ ਹਾਰਮੋਨ ਸੈਕ੍ਰੀਟ ਕਰਨ ਚ ਹੈਲਪ ਕਰਦੀ ਆ ਅਗਰ ਆਇਓਡੀਨ ਦੀ ਕਮੀ ਹੋ ਜਾਂਦੀ ਹੈ ਤਾਂ ਗਿੱਲੜ ਨਾਮ ਦਾ ਰੋਗ ਹੋ ਜਾਂਦਾ ਜਿਸ ਨੂੰ ਗੋਇਟਰ ਵੀ ਕਹਿੰਦੇ ਹਨ ਠੀਕ ਆ ਔਰ ਫਾਸਫੋਰਸ ਵੀ ਸਾਡੀ ਗਰੋਥ ਲਈ ਇੱਕ ਮਾਈਕਰੋ ਨਿਊਟ੍ਰੀਐਂਟ ਹੈਗਾ ਜੋ ਕਿ ਬੋਡੀ ਨੂੰ ਜ਼ਰੂਰਤ ਹੁੰਦੀ ਹੈ ਆਇਰਨ ਸਾਨੂੰ ਸੇਬ ਪਾਲਕ ਮੀਟ ਵਗੈਰਾ ਤੋਂ ਪ੍ਰਾਪਤ ਹੁੰਦਾ ਫਲਾਂ ਤੋਂ ਆਇਰਨ ਦੀ ਕਮੀ ਨਾਲ ਅਨੀਮੀਆ ਰੋਗ ਹੋ ਜਾਂਦਾ ਪੀਲੀਆ ਜਿਸ ਨੂੰ ਕਹਿੰਦੇ ਹਨ ਇਸ ਚ ਕੀ ਹੋਏਗਾ ਆਕਸੀਜਨ ਕੈਰੀing ਕਪੈਸਿਟੀ ਘਟ ਜਾਂਦੀ ਆ আর ਬੀ ਸੀਸ ਘਟ ਜਾਣਗੇ ਠੀਕ ਹੈ ਤਾਂ ਆਇਰਨ ਦੀ ਕਮੀ ਨਾਲ ਹੋਣ ਵਾਲੇ ਤਈਓ ਤੁਹਾਨੂੰ ਮਿੱਡੇ ਮਿਲ ਦੇ ਵਿੱਚ ਆਇਰਨ ਦੀਆਂ ਗੋਲੀਆਂ ਦਿੱਤੀਆਂ ਜਾਂਦੀਆਂ ਹਨ ਕੈਲਸ਼ੀਅਮ ਸਾਨੂੰ ਦੁੱਧ ਤੇ ਅੰਡੇ ਆ ਵਗੈਰਾ ਤੋਂ ਮਿਲਦਾ ਹੈ ਕੈਲਸ਼ੀਅਮ ਸਾਡੀਆਂ ਹੱਡੀਆਂ ਦੰਦਾਂ ਦੀ ਦੇ ਲਈ ਜ਼ਰੂਰੀ ਹਨ ਦੰਦਾਂ ਦਾ ਪਾਟ ਜੋ ਐ ਨੈਮਲ ਵਗੈਰਾ ਠੀਕ ਹੈ ਹੱਡੀਆਂ ਦੇ ਵਿੱਚ ਜਾ ਕੇ ਕੈਲਸ਼ੀਅਮ ਡਿਪੋਜ਼ਿਟ ਹੁੰਦਾ ਤੇ ਹੱਡੀਆਂ ਦੀ ਹਾਰਡਨੈਸ ਡੂ ਟੂ ਕੈਲਸ਼ੀਅਮ ਹੁੰਦੀ ਹੈ ਤਾਂ ਇਹ ਸੀਗੇ ਵਿਟਾਮਿਨਸ ਤੇ ਮਿਨਰਲਸ ਜਿਨ੍ਹਾਂ ਦਾ ਸਾਡੀ ਬਾਡੀ ਨੂੰ ਸੰਤੁਲਿਤ ਭੋਜਨ ਕੀ ਹੁੰਦਾ ਹੈ ਜੋ ਸੀ ਪਰ ਡੇ ਖਾਂਦੇ ਆ ਠੀਕ ਹੈ ਕਿੰਨੇ ਗ੍ਰਾਮ ਤੋਂ ਕਿੰਨੇ ਜੂਲ ਊਰਜਾ ਮਿਲੀ ਤਾਂ ਉਸ ਨੂੰ ਉਸ ਭੋਜਨ ਦੀ ਕੈਲੋਰੀਫਿਕ ਵੈਲਿਊ ਕਮਾਂਗੇ ਠੀਕ ਹੈ ਕਮੀ ਆਂ ਤੂਟੀ ਰੋਗ ਅਗਰ ਵਿਟਾਮਿਨਸ ਨਹੀਂ ਲੰਦੇ ਆ ਦਿਖਾਇਆ ਹੈਗਾ ਡਾਊਨ ਸਿੰਡਰੋਮ ਚਰਬੀ ਜ਼ਿਆਦਾ ਹੋਣ ਕਰਕੇ ਉਹ ਬਿਸਤਰੀ ਰੋਗ ਹੋਇਆ ਹੋਇਆ ਹੈ ਬੱਚੇ ਨੂੰ ਠੀਕ ਹੈ ਤਾਂ ਵਿਟਾਮਿਨ ਏ ਦੀ ਕਮੀ ਦੇ ਨਾਲ ਅੰਧਰਾਤਾ ਹੋ ਜਾਏਗਾ ਜਿਸ ਵਿੱਚੋਂ ਨੂੰ ਰਾਤ ਦੇ ਸਮੇਂ ਹਨੇਰੇ ਦੇ ਵਿੱਚ ਘੱਟ ਦਿਖਾਈ ਦਿੰਦਾ ਹੈ ਵਿਟਾਮਿਨ ਬੀ 1 ਦੀ ਕਮੀ ਨਾਲ 베ਰੀ 베리 ਰੋਗ ਜਿਸ ਨਾਲ ਸਾਡੀ ਮਾਸਪੇਸ਼ੀਆਂ ਕਮਜ਼ੋਰ ਹੋ ਜਾਣਗੇ ਤੇ ਊਰਜਾ ਦੀ ਕਮੀ ਹੋ ਜਾਂਦੀ ਹੈ ਵਿਟਾਮਿਨ ਸੀ ਨਾਲ ਸਕਰਵੀ ਰੋਗ ਹੋ ਜਾਂਦਾ ਹੈ ਮਸੂੜਿਆਂ ਵਿੱਚੋਂ ਖੂਨ ਨਿਕਲਣਾ ਤੇ ਜ਼ਖਮਾਦੀ ਵਗੈਰਾ ਬਟਨਾ ਚ ਸਮਾ ਲੱਗਦਾ ਵਿਟਾਮਿਨ ਡੀ ਨਾਲ ਹੱਡੀਆਂ ਰਿਕਟਸ ਰੋਗ ਹੋ ਜਾਂਦਾ ਹੈ ਹੱਡੀਆਂ ਜਿਹੜੀਆਂ ਹੈਗੀਆਂ ਮੁੜ ਜਾਂਦੀਆਂ ਹੈਗੀਆਂ ਤੇ ਨਰਮ ਹੋ ਜਾਂਦੀ ਹੈ ਕੈਲਸ਼ੀਅਮ ਵੀ ਹੱਡੀਆਂ ਤੇ ਦੰਦਾਂ ਦੀ ਗ੍ਰੋਥ ਲਈ ਜ਼ਰੂਰੀ ਆਇਓਡਿਨ ਦੀ ਕਮੀ ਨਾਲ ਥਾਇਰੋਇਡ ਰੋਗ ਹੋ ਜਾਂਦਾ ਹੈ ਗਿੱਲਾ ਰੋਗ ਕਹਿੰਦੇ ਆ ਤਾਂ ਸਾਡੀ ਜੋ ਥਾਇਰੋਇਡ ਗਲੈਂਡ ਹੈ ਉਹ ਫੁੱਲ ਜਾਂਦੀ ਇਸ ਨਾਲ ਸਾਡੀ ਮੈਂਟਲ ਅਬਿਲਟੀ ਮਾਨਸਿਕ ਵਿਕਾਰ ਵਿਕਾਰ ਹੋਏਗਾ ਸਹੀ ਤਰ੍ਹਾਂ ਮੈਂਟੈਲਿਟੀ ਡਿਵੈਲਪ ਨਹੀਂ ਹੁੰਦੀ ਬ੍ਰੇਨ ਦੀ ਗ੍ਰੋਥ ਨਹੀਂ ਹੁੰਦੀ ਔਰ ਬੋਡੀ ਦੀ ਵੀ ਲੋਹੇ ਦੀ ਕਮੀ ਨਾਲ ਅਨੀਮੀਆ ਰੋਗ ਹੋ ਜਾਂਦਾ ਹੈਗਾ ਤਾਂ ਫਿਰ ਅਗੇ ਲੈਨਡ ਤੇ ਤੁਹਾਨੂੰ ਰੀਕੈਪਚੂਲੇਸ਼ਨਸ ਠੀਕ ਹੈ ਸੰਤੁਲਿਤ ਭੋਜਨ ਕੀ ਹੁੰਦਾ ਜਿਸ ਦੇ ਵਿੱਚ ਕਾਰਬੋਹਾਈਡਰੇਟ ਪ੍ਰੋਟੀਨ ਚਰਬੀ ਵਿਟਾਮਿਨ ਮਿਨਰਲ ਕਾਰਬ ਵਾਟਰ ਐਂਡ ਰਫ ਏਜਸ ਵਟ ਇਜ਼ ਦੀ ਰਫ ਏਜਸ ਫਾਲਤੂ ਦੇ ਪਦਾਰਥ ਅਸੀਂ ਕਈ ਸਲਾਦ ਖਾਂਦੇ ਆ ਉਹ ਸਾਡੀ ਇੰਟੇਸਟਾਈਨ ਨੂੰ ਛੋਟੀ ਅੰਦਰ ਨੂੰ ਸਾਫ ਕਰਨ ਦਾ ਕੰਮ ਕਰਦੇ ਹਨ ਤੇ ਕਨਸਟੀਪੇਸ਼ਨ ਨਹੀਂ ਹੋਣ ਦਿੰਦੇ ਸੰਤੁਲਿਤ ਭੋਜਨ ਕੀ ਹੁੰਦਾ ਹੈ ਜਿਸ ਦੇ ਵਿੱਚ ਭਰਪੂਰ ਮਾਤਰਾ ਦੇ ਵਿੱਚ ਕਾਰਬੋਹਾਈਡਰੇਟ ਪ੍ਰੋਟੀਨ ਚਰਬੀ ਵਿਟਾਮਿਨ ਮਿਨਰਲ ਵਾਟਰ ਐਂਡ ਰਫ ਏਜਸ ਸੋ ਸਾਡੀ ਲੋੜ ਦੇ ਅਨੁਸਾਰ ਉਸ ਨੂੰ ਔਸ ਨੂੰ ਸੰਤੁਲਿਤ ਭੋਜਨ ਕਰਨ ਦੇ ਹਨ ਸੰਤੁਲਿਤ ਭੋਜਨ ਦੇ ਹੇਠ ਲਿਖੇ ਕਿਹੜੇ ਕਿਹੜੇ ਤੱਤ ਹਨ ਕਾਰਬੋਹਾਈਡਰੇਟ ਇਹ ਊਰਜਾ ਪ੍ਰੋਵਾਈਡ ਕਰਦੇ ਆ ਚਰਬੀ ਵੀ ਊਰਜਾ ਪ੍ਰੋਵਾਈਡ ਕਰਦਾ ਹੈ ਔਰ ਪ੍ਰੋਟੀਨਸ ਜੋ ਹੈ ਗ੍ਰੋਥ ਹੈ ਤੇ ਡਵੈਲਪਮੈਂਟ ਲਈ ਹੈਲਪ ਕਰਦਾ ਹੈ ਵਿਟਾਮਿਨ ਖਣਿਜ ਵਗੈਰਾ ਵੈਸੀ ਬਾਡੀ ਦੀ ਫੰਕਸ਼ਨਿੰਗ ਲਈ metabolic functions ਲਈ ਜਰੂਰੀ ਹਨ ਮੋਟਾ ਹਰ ਜਿਸ ਤਰ੍ਹਾਂ ਸੈਲਡ ਵਗੈਰਾ ਹੋ ਗਿਆ ਉਹ ਸਾਡੀ ਇੰਟੈਸਟਾਈਨ ਨੂੰ ਠੀਕ ਰੱਖੇਗਾ ਉਹ ਵਾਟਰ ਹੈ ਉਸ ਦੇ ਨਾਲ ਵੇਸਟ ਮਟੀਰੀਅਲ ਬਾਹਰ ਨਿਕਲਦਾ ਹੈਗਾ ਬਾਡੀ ਤੋਂ ਤਾਂ ਇਹ ਸਿਗਾ ਟੋਡਾ ਵਿਟਾਮਿਨ ਡੀ ਦੀ ਕਮੀ ਤੇ ਨਾਲ ਰਿਕਟਸ ਰੋਗ ਹੋਏਗਾ 베ਰੀ 베ਰੀ ਰੋਗ ਵੀ ਬੀ ਵਿਟਾਮਿਨ ਦੀ ਕਮੀ ਨਾਲ ਸੀ ਦੀ ਕਮੀ ਨਾਲ ਸਰ ਵੀ ਰੋਗ ਔਰ ਅੰਦਰ ਹੱਤਾ ਜੋ ਹੈ ਤਾਂ ਕੀ ਹੈ ਵਿਟਾਮਿਨ ਏ ਦੀ ਕਮੀ ਨਾਲ ਤਤੂਸੀ ਬੇਟਾ ਵਧੀਆ ਤੋਂ ਵਧੀਆ ਪੋਸਟਰ ਬਣਾ ਕੇ ਇਸ ਟੌਪਿਕ ਦੀ ਜਾਣਕਾਰੀ ਤੁਹਾਨੂੰ ਦੇ ਦਿੱਤੀ ਗਈ ਹੈ ਠੀਕ ਹੈ ਯੂ ਕੈਨ ਰਾਈਟ ਆਲਸੋ ది ਐਸੇ ਐਂਡ మేక్ ది ਪੋਸਟਰਸ ਰਿਗਾਰਡਿੰਗ ਥਿਸ ਔਰ ਥਿਸ ਵਾਸ ਫੋਰ ਦੀ ਨਿਊਟ੍ਰੀਸ਼ਨਲ ਵੀਕ ਥਿਸ ਠੀਕ ਹੈ ਜੋ ਸਪਟਾ ਮਨਾਇਆ ਜਾ ਰਿਹਾ ਹੈਗਾ ਸਾਡਾ ਨਿਊਟ੍ਰੀਸ਼ਨ ਵੀਕ ਉਹਦੇ ਲਈ ਇਹ ਤੁਹਾਡੇ ਲਈ ਇੱਕ ਥੋੜਾ ਜਿਹਾ ਟੌਪਿਕ ਤਿਆਰ ਕੀਤਾ ਹੈਗਾ ਥੈਂਕ ਯੂ ਫॉर ਵਾਚਿੰਗ ਵੈਲਕਮ ਟੂ ਆਲ ਅਨ ਟੇਕ ਫਿਰ ਕੋਵਿਡ ਦੇ ਦਿਨਾਂ ਦੇ ਵਿੱਚ ਸਾਨੂੰ ਕਿਦਾਂ ਦਾ ਭੋਜਨ ਖਾਣਾ ਚਾਹੀਦਾ ਜਿਸ ਤਰ੍ਹਾਂ ਅੱਜ ਕੱਲ ਕੋਵਿਡ-19 ਦੀ ਬਿਮਾਰੀ ਚੱਲ ਰਹੀ ਹੈਗੀ ਆ ਠੀਕ ਹੈ ਤਾਂ ਸਾਡੇ ਭੋਜਨ ਜਿਹੜਾ ਹੈਗਾ ਬੈਲੈਂਸਡ ਡਾਈਟ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਸਵੇਰ ਤੁਸੀਂ ਗਰਮ ਪਾਣੀ ਪੀ ਸਕਦੇ ਹੈਗੇ ਉਹ ਨਿੰਬੂ ਵੱਲਾ ਪਾਣੀ ਲੌਂਗ ਇਦਾਂ ਦੇ ਮਸਾਲੇ ਲੌਂਗ ਇਲਾਇਚੀ ਵਗੈਰਾ ਮੂੰਹ ਚ ਰੱਖੋਗੇ ਤਾਂ ਇਦਾਂ ਤੁਸੀਂ ਕੋਵਿਡ ਤੋਂ ਥੋੜੀ ਬਹੁਤ ਬਚਤ ਕਰ ਸਕਦੇ ਹੈਗੇ ਹੋ ਠੀਕ ਹੈ ਮਾਸਕ ਪਾ ਕੇ ਰੱਖੋ ਔਰ ਰਿਗਾਰਡਿੰਗ ਨਿਊਟ੍ਰੀਸ਼ਨ ਵੀ ਕੋਵਿਡ ਦੇ ਵਿੱਚ ਇਹ ਹੋਇਆ ਕਿ ਸਿਟਰਸ ਫਰੂਟਸ ਤੁਸੀਂ ਖਾਓ ਜਿਆਦਾ ਵਿਟਾਮਿਨਸ ਮਿਨਰਲ ਆਫਟਰ ਏਵਰੀ ਆਰ ਤੁਸੀਂ ਗਰਮ ਪਾਣੀ ਪੀਓ ਸਟੀਮ ਲੈ ਸਕਦੇ ਹੋ ਬੈਲੈਂਸਡ ਡਾਈਟ ਤਾਂ ਡਾਈਟ ਦਾ ਬਹੁਤ ਮਹੱਤਵ ਹੈਗਾ ਕਿ ਨਿਊਟ੍ਰੀਸ਼ਨ ਦਾ ਅਗਰ ਤੋਂ ਡਾਈਟ ਅੱਛੀ ਆ ਤਾਂ ਰੋਗਾਂ ਦੇ ਪ੍ਰਤੀ ਲੜਨ ਦੀ ਸਮਰੱਥਾ ਵੀ ਜ਼ਿਆਦਾ ਹੋਏਗੀ ਠੀਕ ਤਾਂ ਥਿਸ ਇਜ਼ 올 ਅਬਾਊਟ all about the topic uh, deficiency diseases or uh, what is the nutrition or balanced diet we have to take during the these day or during you can uh, or or in the daily uh, daily diet plan you can make the diet chart also thank you for watching all okay this is all about the balanced diet tulita pojan. thank you beta